ਲੰਬੇ ਸਮੇਂ ਤੋਂ ਲੋਕ ਸੇਵਾ ਦੇ ਕੰਮ ਕਰ ਰਹੀ ਸੰਸਥਾ ਲੋਕ ਸੇਵਾ ਭੁਲਾਈ ਸੰਸਥਾ ਵੱਲੋਂ ਫਿਰੋਜ਼ਪੁਰ ਦੇ ਪਿੰਡ ਬੇਟੂ ਕਦੀਮ, ਅਲਫੂਕੇ ਅਤੇ ਸਰੂਪ ਵਾਲਾ ਟਾਣੀ ਰੇਸ਼ਮ ਸਿੰਘ ਵਿਖੇ ਸਿਲਾਈ ਸੈਂਟਰ ਖੋਲ੍ਹਿਆ ਗਿਆ। ਨਾਲ ਹੀ ਸਿਲਾਈ ਕਢਾਈ ਲਈ ਸਮਾਨ ਵੀ ਦਿੱਤਾ ਗਿਆ ਅਤੇ ਟੀਮ ਨੂੰ ਅਹੁਦੇਦਾਰੀ ਦੇ ਪਹਿਚਾਣ ਪੱਤਰ ਵੀ ਦਿੱਤੇ ਗਏ। ਜਾਣਕਾਰੀ ਦਿੰਦੇ ਹੋਏ ਸੰਸਥਾ ਪ੍ਰਧਾਨ ਥੋਮਸ ਪੱਟੀ ਨੇ ਦੱਸਿਆ ਕਿ 3 ਮਹੀਨੇ ਪੂਰੇ ਹੋਣ ਤੇ ਲੜਕੀਆਂ ਨੂੰ ਸਿਲਾਈ ਸੈਂਟਰ ਦੇ ਸਰਟੀਫਿਕੇਟ ਵੰਡੇ ਜਾਣਗੇ। ਦੱਸ ਦਈਏ ਕਿ ਲੋਕ ਸੇਵਾ ਭਲਾਈ ਸੰਸਥਾ ਵੱਲੋਂ ਲੜਕੀਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿਲਾਈ ਕਢਾਈ ਦੇ ਸਿਖਲਾਈ ਸੈਂਟਰ ਖੋਲ੍ਹੇ ਜਾਂਦੇ ਹਨ ਅਤੇ ਸਿਖਲਾਈ ਪੂਰੀ ਹੋਣ ਤੇ ਲੜਕੀਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ। ਜਿੱਥੇ ਸਿਲਾਈ ਸੈਂਟਰ ਵਿੱਚ ਕੰਮ ਸਿੱਖ ਰਹੀਆਂ ਲੜਕੀਆਂ ਨੇ ਟੀਮ ਦਾ ਸਵਾਗਤ ਕੀਤਾ, ਉੱਥੇ ਹੀ ਪਿੰਡ ਦੇ ਸਰਪੰਚ ਵੱਲੋਂ ਸੰਸਥਾ ਪ੍ਰਧਾਨ ਥੋਮਸ ਪੱਟੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਕੰਮ ਸਿੱਖ ਰਹੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਔਰ ਜੋ ਸਾਡੇ ਅੱਜ ਲੋਕ ਸੇਵਾ ਭਲਾਈ ਸੰਸਥਾ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਜੋ ਸਾਡੇ ਸਿਲਾਈ ਕਢਾਈ ਅਤੇ ਬਿਊਟੀ ਪਾਰਲਰ ਦਾ ਜੋ ਸੈਂਟਰ ਚੱਲ ਰਹੇ ਨੇ, ਔਰ ਮੈਂ ਸਭ ਤੋਂ ਧੰਨਵਾਦ ਕਰਦਾ ਇਸ ਘਰ ਪਰਿਵਾਰ ਨੂੰ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾਇਆ, ਔਰ ਸਰਪੰਚ ਸਾਹਿਬ ਦਾ ਧੰਨਵਾਦ ਕਰਦਾ। ਕੀ ਨਾਮ ਹੈ ਜੀ? ਸੀਤਾ ਰਾਣੀ। ਸਰਪੰਚ ਸਾਹਿਬ ਲਈ ਕਲੈਪਿੰਗ ਕਰਾਂਗੇ ਆਪਾਂ ਸਾਰੇ ਜਣੇ। ਬਹੁਤ ਵਧੀਆ ਲੱਗਾ ਜੀ ਇਸ ਘਰ ਵਿੱਚ ਆ ਕੇ। ਰੇਸ਼ਮ ਸਿੰਘ ਢਾਣੀ, ਸਰੂਪੇ ਵਾਲਾ ਪਿੰਡ, ਤਹਿਸੀਲ ਗੁਰੂਵਰ ਸਾਹਿਬ, ਜ਼ਿਲ੍ਹਾ ਫਿਰੋਜ਼ਪੁਰ। ਔਰ ਅਸੀਂ ਅੱਜ ਜੋ ਸਿਲਾਈ ਕਢਾਈ ਦੇ ਸੈਂਟਰ ਓਪਨਿੰਗ ਕਰਨ ਜਾ ਰਿਹਾ, ਜਿਨ੍ਹਾਂ ਦੇ ਇੰਚਾਰਜ ਜਿਹੜੇ ਮੈਡਮ ਵੀਰਪਾਲ ਜੀ, ਜਿਨ੍ਹਾਂ ਦੇ ਥਰੂ ਸੈਂਟਰ ਕਾਫੀ ਜ਼ਿਆਦਾ ਜੋ ਸੈਦੇ ਕਨੌਲ ਤੋਂ ਖੁੱਲ੍ਹ ਰਹੇ ਨੇ, ਔਰ ਉਹਨਾਂ ਦੇ ਨਾਲ ਹੀ ਕੁਲਵਿੰਦਰ ਮੈਡਮ, ਹੋਰ ਕਾਫੀ ਨਾਲ ਹੀ ਉਹਨਾਂ ਦੇ ਫੀਲਡ ਅਫਸਰ ਜੋ ਕੰਮ ਕਰ ਰਹੇ ਨੇ। ਸੋ ਮੈਂ ਇਹਨਾਂ ਲਈ ਧੰਨਵਾਦ ਕਰਦਾ ਅਤੇ ਕਲੈਪਿੰਗ ਚਾਹੁੰਦਾ ਇਹਨਾਂ ਲਈ ਖਾਸ ਕਰਕੇ। ਔਰ ਸਾਡਾ ਸੋਚ ਹੈ ਕਿ ਕੱਟ ਕੇ ਦੁਬਾਰਾ ਲੈ ਲਓ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਵਿੰਦਰ ਖੁੱਲਰ, ਸਰਪੰਚ ਪਿੰਡ ਬੇਟੂ ਕਦੀਮ। ਮੈਂ ਅੱਜ ਆਏ ਸਾਡੇ ਪਿੰਡ ਲੋਕ ਭਲਾਈ ਸੇਵਾ ਸੰਸਥਾ ਦੇ ਪ੍ਰਧਾਨ ਥੋਮਸ ਪੱਟੀ ਅਤੇ ਉਹਨਾਂ ਦੀ ਟੀਮ, ਮੈਡਮ ਪ੍ਰਧਾਨ ਵੀਰਪਾਲ ਮੈਡਮ ਅਤੇ ਉਹਨਾਂ ਦੇ ਨਾਲ ਆਈ ਸਾਰੀ ਟੀਮ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਪਿੰਡ ਵਿੱਚ ਆ ਕੇ ਸਾਰੀਆਂ ਲੜਕੀਆਂ ਨੂੰ ਅਤੇ ਲੇਡੀਜ਼ ਨੂੰ ਆਪਣਾ ਸਿਲਾਈ ਦਾ ਸਮਾਨ ਵੰਡਿਆ ਅਤੇ ਸਿਲਾਈ ਦਾ ਸਮਾਨ ਵੰਡ ਕੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਦਾ ਬਲ ਸਿਖਾ ਕੇ ਗਾਂ ਰੁਜ਼ਗਾਰ ਵਾਸਤੇ ਵੀ ਤਿਆਰੀ ਕਰਵਾਉਂਦੇ ਪਏ ਆ। ਬਹੁਤ ਅੱਛਾ ਕੰਮ ਕਰ ਰਹੇ ਆ ਅਤੇ ਮੈਂ ਇਸ ਕੰਮ ਵਾਸਤੇ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਅਤੇ ਅਸੀਂ ਇਹ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੀਆਂ ਲੜਕੀਆਂ ਵੱਲ ਸਿੱਖ ਜਾਣਗੀਆਂ, ਜਿਨ੍ਹਾਂ ਵੱਲੋਂ ਸੰਸਥਾ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ, ਅਸੀਂ ਉਹਨਾਂ ਨੂੰ ਪੰਚਾਇਤ ਵੱਲੋਂ ਜਾਂ ਅਸੀਂ ਆਪਦੇ ਵੱਲੋਂ ਉਹਨਾਂ ਨੂੰ ਸਿਲਾਈ ਮਸ਼ੀਨਾਂ ਵੰਡਾਂਗੇ, ਆਪ ਦਾਂਗੇ। ਅਤੇ ਇਹਨਾਂ ਦਾ ਫਿਰ ਵੀ ਮੈਂ ਵਾਰ ਵਾਰ ਕਹਿ ਰਿਹਾ ਕਿ ਇਹਨਾਂ ਦੇ ਧੰਨਵਾਦ ਕਰਦਾ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਲੋਕ ਸੰਸਥਾ ਭਲਾਈ ਵੱਲੋਂ ਸਿਲਾਈ ਸੈਂਟਰ ਪਿੰਡ ਅਲਫੂਕੇ ਥੋਮਸ ਪੱਟੀ ਵੱਲੋਂ ਇਹ ਸਿਲਾਈ ਸੈਂਟਰ ਖੁੱਲ੍ਹ ਰਿਹਾ ਹੈ ਜੀ, ਅਤੇ ਸਮਾਨ ਸਾਰਾ ਵੰਡਿਆ ਜਾ ਰਿਹਾ, ਸਿਲਾਈ ਸੈਂਟਰ ਦਾ ਵੰਡ ਕੇ ਥੋਮਸ ਪੱਟੀ ਜਾ ਰਹੇ ਨੇ ਜੀ, ਅਤੇ ਇਹਨਾਂ ਵੱਲੋਂ ਸਿਲਾਈ ਸੈਂਟਰ ਖੋਲ੍ਹਿਆ ਜਾ ਰਿਹਾ ਹੈ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ।